सत श्री अकाल जी। देश विदेश बैठे श्रोतियां नूं जी आया स्वागत है। जिवें दस्या जांदा है कि तुहानूं रोजाना नवीं तो नवीं उस परसनैलिटी नाल मिलाया जांदा है जिस दीआं गल्लां नौजवान पीढ़ी ते बचपन वाले बच्चे भी प्रभाव कबूलदे ने उहनां दीआं गल्लां दा। अज साढ़े इस इलाके दी ते साहित्यक हलकियां दी मन्नी परमन्नी शख्सियत मैडम परमजीत कौर सरां, वो किसी जान पछाण दे मुहताज नहीं। उन्हां दीआं लिखतां अक्सर तुसी वक् वक् अखबारां समय समय पढ़ते रहने हो, सोशल मीडिया राहीं भी उन्हां दीआं बहुत सारियां पोस्टां जां वीडियो क्लिप वायरल हुंदे ने, पर सारयां दा काम सिर्फ ते सिर्फ मोटिवेशनल। उन्हां ने बच्चियां नूं ते नौजवानां नूं ਉਹ ਸਾਰੂ ਸੁਝਾਅ ਦੇਣੇ ਹੁੰਦੇ ਨੇ। ਅੱਜ ਇਸ ਟੀ ਵੀ ਚੈਨਲ ਰਾਹੀਂ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋਗੇ। ਪਹਿਲਾਂ ਆਪਾਂ ਉਹਨਾਂ ਨੂੰ ਜੀ ਆ ਆਖੀਏ। ਮੈਡਮ ਜੀ ਸਟੂਡੀਓ 'ਚ ਪਹੁੰਚਣ 'ਤੇ ਤੁਹਾਡਾ ਜੀ ਆਇਆ। ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਹਾਂ ਮਿਹਰਬਾਨੀ ਜੀ। ਆਪਾਂ ਮੈਡਮ ਪਰਮਜੀਤ ਕੌਰ ਜੀ ਨਾਲ ਵੱਖ ਵੱਖ ਪਹਿਲੂਆਂ ਤੋਂ ਵਿਚਾਰਾਂ ਕਰਨੀਆਂ ਨੇ। ਪਹਿਲਾਂ ਇਹ ਤਾਂ ਵਾਰ ਵਾਰ ਦੱਸਣਾ ਚੰਗਾ ਨਹੀਂ ਜਾਪਦਾ ਕਿ ਕਿਹੜੇ ਕਿਹੜੇ ਅਖਬਾਰਾਂ ਦੇ ਵਿੱਚ, ਕਿਉਂਕਿ ਸਾਰਿਆਂ ਨੂੰ ਪਤਾ ਹੀ ਹੁੰਦਾ ਤਕਰੀਬਨ ਤੁਸੀਂ ਪੜ੍ਹਿਆ ਹੋਣਾ। ਆਪਾਂ ਗੱਲ ਮੈਡਮ ਜੀ ਨੂੰ ਪੁੱਛੀਏ। ਮੈਡਮ ਜੀ, ਜਿਹੜਾ ਨਾ ਅੱਜ ਬੱਚੇ ਬਚਪਨ ਤੋਂ ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਣ ਮੌਕੇ ਕੁਰਾਹੇ ਪੈ ਰਹੇ ਨੇ, ਉਹਨੂੰ ਇਮੋਸ਼ਨਲ ਏਜ ਕਹਿੰਦੇ ਨੇ, ਜਜ਼ਬਾਤੀ ਉਮਰ, ਉਸ ਵੇਲੇ ਆਪਾਂ ਨੂੰ ਕੀ ਕਰਨਾ ਚਾਹੀਦਾ, ਕੀ ਜ਼ਿੰਮੇਵਾਰੀ ਆਪਣੀ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਆਪਣੇ ਪੰਜਾਬੀਆਂ ਦੀ ਗੱਲ ਕਰਾਂਗੀ ਕਿ ਸਾਡੇ ਪੰਜਾਬੀਆਂ ਦੀ ਪ੍ਰਾਹੁਣਾਚਾਰੀ ਹੈ ਜਿਹੜੀ, ਉਹ ਸਾਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੈ। ਜਿੱਥੇ ਵੀ ਕਿਤੇ ਤੁਸੀਂ ਚਲੇ ਜਾਓ, ਤੁਸੀਂ ਦੇਖੋਗੇ ਕਿ ਸਾਡੇ ਪੰਜਾਬੀ ਬਾਹਰੋਂ ਆਏ ਨੂੰ ਹਮੇਸ਼ਾ ਇਹ ਪੁੱਛਣਗੇ ਕਿ ਤੁਸੀਂ ਕੀ ਖਾਓਗੇ, ਕੀ ਪੀਓਗੇ, ਹੈ ਨਾ। ਅਸੀਂ ਸੇਵਾ ਭਾਵਨਾ ਵਾਲੀ ਸਾਡੀ ਪ੍ਰਵਿਰਤੀ ਹੈ, ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਾਡੀਆਂ ਕਦਰਾਂ ਕੀਮਤਾਂ ਦਾ ਦੁਆਲਾ ਨਿਕਲ ਚੁੱਕਿਆ। ਕਿਸੇ ਵੀ ਖੇਤਰ ਦੀ ਗੱਲ ਕਰ ਲਓ, ਭਾਵੇਂ ਉਹ ਵਿੱਦਿਆ ਦਾ ਖੇਤਰ ਹੋਵੇ, ਭਾਵੇਂ ਉਹ ਰਾਜਨੀਤੀ ਦੀ ਗੱਲ ਹੈ, ਸਿਹਤ ਦੀ ਗੱਲ ਹੈ, ਪੌਣ ਪਾਣੀ ਦੀ ਗੱਲ ਹੈ, ਪੜ੍ਹਾਈ ਦੀ ਗੱਲ ਹੈ, ਸਾਡਾ ਪੂਰਬੀ ਪੰਜਾਬ ਸਾਰੇ ਪਾਸਿਆਂ ਤੋਂ ਪਿਛੜ ਰਿਹਾ, ਪਿੱਛੇ ਨੂੰ ਜਾ ਰਹੇ ਹਾਂ। ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਦਾ ਜਦੋਂ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਨਾ, ਤਾਂ ਇੱਕ ਨੁਕਤਾ ਇਹ ਨਿਕਲ ਕੇ ਸਾਹਮਣੇ ਆਉਂਦਾ ਕਿ ਸਾਡੇ ਕੋਲ ਸੁਪਨਿਆਂ ਦੀ ਘਾਟ ਹੈ, ਸਾਡੇ ਬੱਚਿਆਂ ਕੋਲ ਸੁਪਨੇ ਨਹੀਂ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਿਹੜੀ ਦਿਸ਼ਾ ਦੇ ਵੱਲ ਜਾਈਏ। ਇਹ ਸੁਪਨੇ ਦੇਣੇ ਕਿਹਨਾਂ ਨੇ ਸਨ? ਇਹ ਸੁਪਨੇ ਅਸੀਂ ਵੱਡਿਆਂ ਨੇ ਉਹਨਾਂ ਨੂੰ ਦੇਣੇ ਸੀ। ਸਾਡੇ ਕੋਲ ਆਦਰਸ਼ ਨਹੀਂ ਹੈ, ਕਿਸ ਨੂੰ ਅਸੀਂ ਆਪਣਾ ਆਦਰਸ਼ ਮੰਨੀਏ, ਕਿਸ ਨੂੰ ਅਸੀਂ ਆਪਣਾ ਰੋਲ ਮਾਡਲ ਮੰਨੀਏ। ਅਸੀਂ ਜੇ ਗੱਲ ਕਰੀਏ ਸਾਡੀ ਆਜ਼ਾਦੀ ਤੋਂ ਬਾਅਦ ਦੀ, ਤਾਂ ਸਾਡੇ ਭਾਰਤ ਨੇ, ਸਾਡੇ ਪੰਜਾਬੀਆਂ ਨੇ ਅਮਰੀਕਾ ਵੱਲ ਵੇਖਣਾ ਸ਼ੁਰੂ ਕੀਤਾ ਸੀ ਕਿ ਅਸੀਂ ਉਹਨਾਂ ਤੋਂ ਕੁਝ ਜਿਹੜਾ ਵਿਕਾਸ ਦਾ ਮਾਡਲ ਉਹਨਾਂ ਵਾਲਾ ਅਪਣਾਈਏ। ਪਰ ਅਫਸੋਸ ਦੀ ਗੱਲ ਹੈ ਕਿ ਜਿਹੜਾ ਅਮਰੀਕਾ ਦਾ ਵਿਕਾਸ ਮਾਡਲ ਹੈ, ਉਹ ਖਪਤਵਾਦੀ ਸੱਭਿਆਚਾਰ ਉਹਨਾਂ ਦਾ ਇਸ ਤਰ੍ਹਾਂ ਦਾ ਕਿ ਉਹ ਸਿਰਫ ਆਪਣੇ ਬਾਰੇ ਸੋਚ ਰਹੇ ਆ, ਉਹ ਦੁਨੀਆਂ ਦੇ ਭਲੇ ਦੀ ਖਾਤਰ ਨਹੀਂ ਸੋਚ ਰਹੇ ਗੇ। ਉਹਨਾਂ ਦਾ ਸੱਭਿਆਚਾਰ ਆ ਜਿਹੜਾ, ਉਸਨੇ ਦੁਨੀਆਂ ਨੂੰ ਸਗੋਂ ਤਬਾਹੀ ਦੇ ਕੰਡੇ 'ਤੇ ਲੈ ਕੇ ਆਉਂਦਾ। ਜਦੋਂ ਅਸੀਂ ਉਹਨਾਂ ਦੇ ਵਿਕਾਸ ਮਾਡਲ ਨੂੰ ਅਪਣਾਉਣਾ ਸ਼ੁਰੂ ਕੀਤਾ, ਤਾਂ ਅਸੀਂ ਅੱਜ ਹਾਲਾਤ ਦੇਖ ਰਹੇ ਹਾਂ। ਜਿਹੜੀ ਦੁਨੀਆ ਅਮਰੀਕਾ ਵੱਲ ਝਾਕ ਰਹੀ ਹੈ, ਉਹਨਾਂ ਦੇ ਹਾਲਾਤ ਦੇਖੋ ਕਿ ਕਿਸ ਤਰ੍ਹਾਂ ਦੇ ਹੋ ਗਏ ਹੈ, ਕਿ ਅਸੀਂ ਸਾਰੇ ਪਾਸਿਆਂ ਤੋਂ ਡਾਊਨ ਜਾ ਰਹੇ ਹਾਂ। ਅਸੀਂ ਆਪਦਾ ਸੱਭਿਆਚਾਰ ਛੱਡ ਦਿੱਤਾ ਉਹਨਾਂ ਦੇ ਅਪਣਾਉਣ। ਇੱਕ ਸ਼ੇਅਰ ਹੈ ਨਾ ਕਿ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਹਮ, ਨਾ ਖੁਦਾ ਮਿਲਾ ਨਾ ਵਿਸਾਲੇ ਸਨ। ਨਹੀਂ, ਉਹਦਾ ਕਾਰਨ ਕੀ ਹੈ ਮੈਡਮ ਜੀ, ਉਹਦਾ ਕਾਰਨ ਕੀ ਹੈ, ਹੱਲ ਕੀ ਹੈ ਉਹਦਾ? ਦੇਖੋ, ਸਾਨੂੰ ਆਪਣੀ ਪੀੜ੍ਹੀ ਵਾਸਤੇ ਆਦਰਸ਼ ਸਿਰਜਣੇ ਹੋਣਗੇ, ਭਾਵੇਂ ਕੋਈ ਵੀ ਖੇਤਰ ਹੈ, ਚਾਹੇ ਅਧਿਆਪਕ ਹੈ, ਚਾਹੇ ਵਕੀਲ ਹੈ, ਚਾਹੇ ਇੰਜੀਨੀਅਰ ਹੈ, ਉਹਦੇ ਵਾਸਤੇ ਸਾਨੂੰ ਇੱਕ ਥਾਂ ਸਿਰਜ ਕੇ ਦੇਣੀ ਪਵੇਗੀ। ਅਤੇ ਸਾਡੀ ਰਾਜਨੀਤੀ ਤਾਂ ਇੰਨੀ ਗੰਧਲੀ ਹੋ ਚੁੱਕੀ ਹੈ ਕਿ ਇਸ ਪਾਸੇ ਧਿਆਨ ਹੀ ਨਹੀਂ। ਇੱਕ ਨੌਜਵਾਨ ਪੜ੍ਹ ਲਿਖ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਹੁਣ ਮੈਂ ਜਾਵਾਂ ਤਾਂ ਜਾਵਾਂ ਕਿੱਥੇ। ਅਸੀਂ ਉਸਨੂੰ ਵਿੱਦਿਆ ਦੇ ਦਿੱਤੀ, ਪਰ ਉਹ ਵਿੱਦਿਆ ਗ੍ਰਹਿਣ ਕਰਕੇ ਉਹ ਜਾਵੇ ਕਿੱਥੇ? ਤਾਂ ਸਾਡੇ ਕੋਲ ਉਹਨਾਂ ਵਾਸਤੇ ਕੋਈ ਥਾਂ ਨਹੀਂ, ਅਸੀਂ ਉਹਨਾਂ ਵਾਸਤੇ ਕੋਈ ਪੈੜਾਂ ਪਾਈਆਂ ਵੀ ਨਹੀਂ, ਅਤੇ ਜੋ ਪਹਿਲਾਂ ਸਾਡੇ ਵੱਡਿਆਂ ਨੇ ਬਣਾਈਆਂ ਹੋਈਆਂ ਪੈੜਾਂ ਸੀ, ਅਤੇ ਉਹ ਪੈੜਾਂ ਵੀ ਅਸੀਂ ਉਹਨਾਂ ਦੀਆਂ ਖਤਮ ਕਰ ਦਿੱਤੀਆਂ। ਤਾਂ ਸਾਨੂੰ ਬੱਚਿਆਂ ਵਾਸਤੇ ਨਵੇਂ ਰਾਹ ਸੋਚਣੇ ਪੈਣਗੇ, ਆਦਰਸ਼ ਸਿਰਜਣੇ ਪੈਣਗੇ। ਜਿਵੇਂ ਪਹਿਲਾਂ ਅਸੀਂ ਮੰਨਦੇ ਹੁੰਦੇ ਸੀ ਨਾ ਕਿ ਅਸੀਂ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਿਆ, ਜਾਂ ਅਸੀਂ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਰੋਲ ਮਾਡਲ ਮੰਨ ਰਹੇ, ਜਾਂ ਕਿਸੇ ਹੋਰ ਮਹਾਨ ਸ਼ਖਸੀਅਤਾਂ ਨੂੰ ਅਸੀਂ ਰੋਲ ਮਾਡਲ ਮੰਨ ਰਹੇ ਹਾਂ। ਪਰ ਅੱਜ ਦੀ ਘੜੀ ਸਾਡੇ ਕੋਲ ਅਜਿਹਾ ਕੁਝ ਨਹੀਂ ਆ। ਸਾਡੀ ਖੁਸ਼ਕਿਸਮਤੀ ਇਹ ਸੀ ਪੰਜਾਬੀਆਂ ਦੀ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਸੀ, ਅਸੀਂ ਉਸ ਤੋਂ ਅਗਵਾਈ ਲੈ ਸਕਦੇ ਸੀ। ਪਰ ਅਫਸੋਸ, ਸਾਡੇ ਪ੍ਰਚਾਰਕਾਂ ਨੇ, ਸਾਡੇ ਰਾਜਨੀਤੀਵਾਨਾਂ ਨੇ,
ਤੇ ਸਾਡੇ ਬੁੱਧੀਜੀਵੀ ਵੀ ਇਸ ਗੱਲ ਇਸ ਵਿੱਚ ਸ਼ਾਮਲ ਆਉਂਦੇ ਆ। ਮੈਂ ਸਮਝਦੀ ਆ ਕਿ ਬੁੱਧੀਜੀਵੀ ਵੀ ਕਿਤੇ ਨਾ ਕਿਤੇ ਸਾਡੇ ਕਸੂਰਵਾਰ ਹੈਗੇ ਆ, ਜਿਨ੍ਹਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਦਰਸ਼ ਜੋ ਦਿੱਤੇ ਸੀਗੇ ਉਹਨਾਂ ਦੀ ਅਸਲੀਅਤ ਵੱਲ ਸਾਨੂੰ ਉਹ ਨਹੀਂ ਲੈ ਕੇ ਗਏ, ਸਾਨੂੰ ਪਾਸੇ ਪਾਸੇ ਭਟਕਾ ਰਹੇ ਆ, ਤਾਂ ਇਹ ਸਾਡਾ ਦੁਖਾਂਤ ਹੈ। ਨਹੀਂ ਉਹਦਾ ਹੱਲ ਕੀ ਹੋਵੇ, ਅੱਜ ਕੀ ਜ਼ਿੰਮੇਵਾਰੀਆਂ, ਆਪਾਂ ਕਿਹਦੀ ਜ਼ਿੰਮੇਵਾਰੀ ਤੈਅ ਕਰਾਂਗੇ ਇਹਦੇ ਬਾਰੇ? ਇਹ ਸਾਡੇ ਸਾਰਿਆਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ, ਸਾਡੇ ਅਧਿਆਪਕਾਂ ਦੀ ਵੀ ਬਣਦੀ ਹੈ। ਇੱਕ ਕਿਸੇ ਨੇ ਕਿਹਾ ਸੀਗਾ ਕਿ ਕਿਰਦਾਰ ਹਕੀਕਤੋਂ ਮੈਂ ਨਿਭਾਈਏ ਸ਼ਿੱਦਤ ਸੇ, ਕਹਾਣੀ ਇੱਕ ਨਾ ਇੱਕ ਦਿਨ ਸਭ ਕੋ ਹੋਣਾ ਹੈ, ਸਾਰਿਆਂ ਨੇ ਕਹਾਣੀ ਹੋਣਾ ਹੈ। ਤਾਂ ਸਾਡੇ ਕੋਈ ਵੀ ਤੁਸੀਂ ਕਿਰਤੀ ਲੈ ਲਓ ਜੀ, ਕੋਈ ਵੀ ਕੰਮ ਆ ਲੈ ਲਓ, ਉਹਦਾ ਨਾ ਡੇਲੀ ਵਾਹ ਇੱਕ ਛੋਟੇ ਜਿਹੇ ਸਮਾਜ ਨਾਲ ਪੈਂਦਾ, ਇੱਕ ਗਰੁੱਪ ਨਾਲ ਪੈਂਦਾ। ਜੇ ਹਰ ਕੋਈ ਆਪਣੀ ਜ਼ਿੰਮੇਵਾਰੀ ਨੂੰ ਨਿਭਾਵੇ ਤਾਂ ਮੈਂ ਸਮਝਦੀ ਹਾਂ ਕਿ ਸਮਾਜ ਦੇ ਵਿੱਚ ਜੋ ਬੁਰਾਈਆਂ ਹੈਗੀਆਂ, ਮੈਂ ਇੱਕ ਅਧਿਆਪਕ ਹਾਂ, ਇੱਕ ਭੀਖਾ ਜੀ ਦਾ ਸ਼ਬਦ ਹੈ, ਭੀਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ, ਗਾਂਠ ਖੋਲ ਨਹੀਂ ਜਾਣਤੇ ਇਤ ਬਿਤ ਭਾਈ ਕੰਗਾਲ। ਸਾਰਿਆਂ ਦੇ ਵਿੱਚ ਗੁਣ ਹੈਗੇ ਨੇ, ਪਰ ਉਹਨਾਂ ਗੁਣਾਂ ਨੂੰ ਕੱਢਣਾ ਕਿੰਨਾ ਨੇ ਸੀਗਾ, ਮਾਪਿਆਂ ਨੇ ਬਾਹਰ ਕੱਢਣਾ, ਅਧਿਆਪਕਾਂ ਨੇ ਬਾਹਰ ਕੱਢਣਾ। ਪਰ ਜਦੋਂ ਅਸੀਂ ਹਕੀਕਤ ਦੇ ਵਿੱਚ ਆਪਣਾ ਜਿਹੜਾ ਕਿਰਦਾਰ ਹੈ ਉਹ ਸ਼ਿੱਦਤ ਦੇ ਨਾਲ ਨਹੀਂ ਨਿਭਾਉਂਦੇ ਤਾਂ ਉਦੋਂ ਜਿਹੜਾ ਸਮਾਜ ਆ, ਕੋਈ ਵੀ ਸਮਾਜ ਆ, ਉਹ ਗਿਰਾਵਟ ਵੱਲ ਨੂੰ ਜਾਂਦਾ ਹੈ। ਅਤੇ ਇਹਦਾ ਹੱਲ ਇਹ ਹੈ ਕਿ ਸਾਨੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵ ਦ੍ਰਿਸ਼ਟੀ ਜਿਹੜੀ ਦਿੱਤੀ ਗਈ ਹੈ ਉਹਨੂੰ ਅਸੀਂ ਅਪਣਾਈਏ, ਅਤੇ ਜਿਹੜੇ ਸਾਡੇ ਵੱਡਿਆਂ ਦੇ ਰੋਲ ਮਾਡਲ ਸੀਗੇ ਉਹਨਾਂ ਤੋਂ ਸੇਧ ਲੈਂਦੇ ਹੋਏ ਅੱਜ ਸਮੇਂ ਦੀ ਕੀ ਲੋੜ ਹੈ, ਉਸ ਪਾਸੇ ਵੱਲ ਅਸੀਂ ਕੁਝ ਰਾਹਾਂ ਜਿਹੜੀਆਂ ਉਹ ਪੈਦਾ ਕਰੀਏ। ਨਹੀਂ ਠੀਕ ਹੈ ਮੈਡਮ ਜੀ, ਆਹੀ 5 ਸਤੰਬਰ ਲੰਘ ਕੇ ਗਈ ਹੈ ਅਧਿਆਪਕ ਦਿਵਸ ਜੀ, ਮੈਂ ਖੁਦ ਦੇਖਿਆ ਦੋ ਜਗ੍ਹਾ 'ਤੇ ਤੁਹਾਡਾ ਸਨਮਾਨ ਹੋਇਆ ਅਤੇ ਮੇਰੇ ਖਿਆਲ ਇੱਕ ਜਾਂ ਦੋ ਜਗ੍ਹਾ ਤੋਂ ਤੁਸੀਂ ਮਾਫ਼ੀ ਮੰਗੀ ਬਈ ਮੇਰੇ ਕੋਲ ਸਮਾਂ ਹੈ ਨਹੀਂ। ਉਹਨਾਂ ਨੇ ਸਟੇਜ ਤੋਂ ਬੋਲਿਆ ਕਿ ਸਾਡੇ ਵੱਲੋਂ ਦਿੱਤਾ ਗਿਆ ਸਨਮਾਨ ਤੁਹਾਡੇ ਲਈ ਕੋਈ ਵੁਕਤ ਨਹੀਂ ਰੱਖਦਾ, ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦਾ, ਇਹ ਤਾਂ ਸਿਰਫ ਇਹਨਾਂ ਵੀ ਹੋਰਨਾਂ ਲਈ ਪ੍ਰੇਰਨਾ ਸਰੋਤ ਬਣੇ। ਇਹ ਵਾਕਈ ਤੁਸੀਂ ਮੰਨਦੇ ਹੋ ਵੀ ਇਹੋ ਜਿਹੇ ਸਨਮਾਨ, ਇਹੋ ਜਿਹੇ ਅਵਾਰਡ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਦੇ ਨੇ? ਦੇਖੋ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਬੇਸ਼ੱਕ ਇਸ ਤਰ੍ਹਾਂ ਦੇ ਸਨਮਾਨ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੇ ਆ। ਦੂਜਿਆਂ ਨੂੰ ਦੇਖ ਕੇ ਇਹ ਹੁੰਦਾ ਕਿ ਅਸੀਂ ਵੀ ਕੁਝ ਚੰਗਾ ਕਰੀਏ ਤਾਂ ਕਿ ਅਸੀਂ ਵੀ ਇਸ ਥਾਂ 'ਤੇ ਆਈਏ, ਪਰ ਇਹ ਵੀ ਚੀਜ਼ ਮੈਟਰ ਕਰਦੀ ਹੈ ਕਿ ਕਿੰਨਾ ਵੱਲੋਂ ਤੁਹਾਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਨਾ, ਭਾਵੇਂ ਗੱਲ ਦਾਨ ਦੀ ਹੋਵੇ ਸਨਮਾਨ ਦੀ ਹੋਵੇ। ਕੁਝ ਇਹੋ ਜਿਹੇ ਉਦਾਹਰਨਾਂ ਜਦੋਂ ਅਸੀਂ ਪੇਸ਼ ਕਰਦੇ ਹਾਂ ਕਿ ਇਹ ਦੇਖੋ ਕਿ ਅੱਛਾ, ਮੈਂ ਇੱਕ ਨਾ ਪਿੱਛੇ ਜਿਹੇ ਆਰਟੀਕਲ ਲਿਖਿਆ ਸੀਗਾ ਦਾਨ ਕਲਾ, ਕਿ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਗਾ ਵੀ ਅਸੀਂ ਦਾਨ ਕਰਨਾ ਜਾਂ ਕੰਮ ਕਰਨਾ ਕਿਹੜੇ ਖੇਤਰ ਦੇ ਵਿੱਚ ਕਰੀਏ। ਜਦੋਂ ਇਸ ਤਰ੍ਹਾਂ ਦੇ ਤੁਹਾਡੇ ਵਰਗੀਆਂ ਸੰਸਥਾਵਾਂ ਜਦੋਂ ਅੱਗੇ ਮਾਹਰਾਂ ਨੂੰ ਲੈ ਕੇ ਆਉਂਦੀਆਂ, ਜਿਨ੍ਹਾਂ ਨੇ ਇਸ ਖੇਤਰ ਵਿੱਚ ਕੰਮ ਕੀਤੇ ਹੁੰਦੇ ਉਹਨਾਂ ਨੂੰ ਅੱਗੇ ਲੈ ਕੇ ਆਉਂਦੀਆਂ, ਤਾਂ ਦੂਜਿਆਂ ਨੂੰ ਵੀ ਇਸ ਗੱਲ ਤੋਂ ਪ੍ਰੇਰਨਾ ਮਿਲਦੀ ਹੈ, ਪਤਾ ਲੱਗਦਾ ਕਿ ਅਸੀਂ ਵੀ ਇਸ ਖੇਤਰ ਦੇ ਵਿੱਚ ਕੁਝ ਕਰ ਸਕਦੇ ਹਾਂ। ਤਾਂ ਬਾਕੀ ਮਾਣ ਸਨਮਾਨ ਦੀ ਝਾਕ ਰੱਖ ਕੇ ਕੋਈ ਵੀ ਕੰਮ ਨਹੀਂ ਕੀਤਾ ਜਾਣਾ ਚਾਹੀਦਾ, ਅਤੇ ਉਸ ਤੋਂ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਸਮਝਦੀ ਹਾਂ ਕਿ ਕੋਈ ਘਟੀਆ ਸੋਚ ਹੋ ਹੀ ਨਹੀਂ ਸਕਦੀ। ਮਾਣ ਸਨਮਾਨ ਨੂੰ ਰੱਖ ਕੇ ਕੰਮ ਨਹੀਂ ਕਰਨਾ, ਆਪਣਾ ਕਰਮ ਕਰਦੇ ਜਾਓ ਜਿਹੜੇ ਵੀ ਖੇਤਰ ਦੇ ਵਿੱਚ ਤੁਸੀਂ ਕਰਦੇ ਹੋ, ਭਾਵੇਂ ਮਜ਼ਦੂਰ ਦੀ ਗੱਲ ਹੋਵੇ, ਭਾਵੇਂ ਅਧਿਆਪਕ ਹੈ, ਡਾਕਟਰ ਹੈ, ਇੰਜੀਨੀਅਰ ਹੈ, ਜਿਹੜੇ ਖੇਤਰ ਵਿੱਚ ਵੀ ਉਹ ਕੰਮ ਕਰ ਰਿਹਾ ਉਹਨੂੰ ਸ਼ਿੱਦਤ ਨਾਲ ਕਰੇ, ਇਹੀ ਸਮਾਜ ਸੇਵਾ ਹੁੰਦੀ ਹੈ। ਕੋਈ ਸਮਾਜ ਸੇਵਾ ਇਹੀ ਨਹੀਂ ਹੁੰਦੀ ਕਿ ਅਸੀਂ ਪੈਸੇ ਲੈ ਕੇ ਜੇ ਵੰਡਦੇ ਫਿਰੀਏ ਤਾਂ, ਜਾਂ ਉਹ ਹੀ ਵੱਡੀ ਸਮਾਜ ਸੇਵਾ, ਜਾਂ ਥਾਂ ਥਾਂ ਲੰਗਰ ਲਾਉਣਾ ਹੀ ਸਮਾਜ ਸੇਵਾ, ਨਹੀਂ। ਜਿਹੜੇ ਖੇਤਰ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਨੂੰ ਹਕੀਕਤ ਦੇ ਵਿੱਚ ਸ਼ਿੱਦਤ ਨਾਲ ਕਰੋ, ਉਹਨੂੰ ਇਮਾਨਦਾਰੀ ਨਾਲ ਕਰਨਾ ਵੀ ਇੱਕ ਸਮਾਜ ਸੇਵਾ ਹੈ। ਬਹੁਤ ਵਧੀਆ। ਅੱਛਾ ਭੈਣ ਜੀ ਇੱਕ ਚੀਜ਼ ਆਪਾਂ ਹੋਰ ਲਈਏ ਵੀ ਜਿਹੜੀ ਹੈ ਪਿੱਛੇ ਜੇ ਬੱਚੀਆਂ ਨਾਲ, ਦੇਖੋ ਮੰਦਰਾਂ ਦੇ ਵਿੱਚ ਜਾਂ ਇਹੋ ਜਿਹੀਆਂ ਥਾਵਾਂ 'ਤੇ ਉਹ ਜ਼ਬਰਦਸਤੀ ਹੋਈ ਜਿਹੜੀ ਦੁਖਦਾਇਕ, ਅਫਸੋਸਨਾਕ ਜਾਂ ਚਿੰਤਾਜਨਕ ਨਹੀਂ ਸ਼ਰਮਨਾਕ ਹੈ ਸਾਡੇ ਲਈ, ਬਹੁਤ ਸਾਰੀਆਂ ਗੱਲਾਂ ਕੈਮਰੇ ਸਾਹਮਣੇ ਦੁਹਰਾਉਣ ਤੋਂ ਵੀ ਅਸੀਂ ਸੰਕੋਚ ਕਰਦੇ ਹਾਂ, ਇਹੋ ਜਿਹੀਆਂ ਸਾਡੀਆਂ ਬੱਚੀਆਂ ਦਾ ਫਿਊਚਰ ਜਿਹੜਾ ਖਤਰੇ 'ਚ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਪਾਕਿਸਤਾਨੀ ਸ਼ਾਇਰ ਹੈ ਜੀ ਸੈਨ ਜ਼ਹੂਰ, ਉਹਨੇ ਲਿਖਿਆ ਸੀ, ਕਹਿੰਦਾ ਸੋਚਾਂ ਦੀ ਮਈਅਤ ਲੈ ਕੇ ਕਿਸ ਦਰ ਜਾਵਾਂਗਾ ਮੈਂ, ਬੋਲਿਆ ਤਾਂ ਮਾਰ ਦੇਣਗੇ ਨਾ ਬੋਲਿਆ ਤਾਂ ਮਰ ਜਾਵਾਂਗਾ ਮੈਂ। ਦੇਖੋ ਜਿਹੜਾ ਇਹੋ ਜਿਹੇ ਇਸ਼ੂ 'ਚ ਦੇ ਉੱਪਰ ਕੋਈ ਉਂਗਲ ਚੱਕਦਾ, ਮੁੱਦਾ ਚੱਕਦਾ, ਉਹਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਬਹੁਤ ਸਾਰੀਆਂ ਔਰਤਾਂ ਇਹੋ ਜਿਹੇ ਵਿਸ਼ਿਆਂ 'ਤੇ, ਇਹੋ ਜਿਹੇ ਜਦੋਂ ਕੋਈ ਘਟਨਾ ਵਾਪਰਦੀ ਹੈ ਆਵਾਜ਼ ਚੁੱਕਦੀਆਂ ਤਾਂ ਉਹਨਾਂ ਦੀ ਆਵਾਜ਼ ਨੂੰ ਵੀ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਸਮਝਦੀ ਹਾਂ ਕਿ ਸਮਾਜ ਦੀ ਸੋਚ ਬਦਲਣ ਦੀ ਲੋੜ ਹੈ, ਇਹ ਨਾ ਸੋਚੋ ਕਿ ਮਰਦ ਸਾਡਾ ਵਿਰੋਧੀ ਹੈ, ਮਰਦ ਸਾਡਾ ਵਿਰੋਧੀ ਨਹੀਂ ਹੈ, ਇੱਕ ਸੋਚ ਹੈ ਨਾ ਜਿਹੜੀ ਔਰਤ ਦੇ ਪ੍ਰਤੀ ਉਹ ਗਲਤ ਹੈ। ਤਾਂ ਸਾਨੂੰ ਸਭ ਨੂੰ ਰਲ ਕੇ ਸਮਾਜ ਦੀ ਸੋਚ ਬਦਲਣੀ ਹੋਏਗੀ, ਅਤੇ ਮੈਂ ਸਮਝਦੀ ਹਾਂ ਕਿ ਸ਼ੁਰੂਆਤ ਅਧਿਆਪਕ ਕਰਨ,
ਉਹਨਾਂ ਕੋਲੇ ਕਿਉਂਕਿ ਇੱਕ ਛੋਟਾ ਸਮਾਜ ਉਹਨਾਂ ਦੇ ਹੱਥਾਂ ਦੇ ਵਿੱਚੋਂ ਦੀ ਲੰਘਦਾ ਹੈ ਤੇ ਉਸ ਸਮਾਜ ਦੀ ਸੋਚ ਬਦਲਣ ਦਾ ਕੰਮ ਅਧਿਆਪਕ ਕਰਨ ਤੇ ਫਿਰ ਮਾਵਾਂ ਇਸ ਰੋਲ ਨੂੰ ਚੰਗੀ ਤਰ੍ਹਾਂ ਨਿਭਾਉਣ ਤਾਂ ਇਹ ਦੋਵੇਂ ਜਿਹੜੇ ਵਰਗ ਹੈ ਇਹ ਆਪਣਾ ਬਹੁਤ ਵੱਡਾ ਯੋਗਦਾਨ ਇਸ ਮਾਮਲੇ ਵਿੱਚ ਪਾ ਸਕਦੇ ਆ ਕਿ ਜਿਹੜਾ ਸਾਡੀਆਂ ਬੱਚੀਆਂ ਦੇ ਨਾਲ ਅੱਜ ਦੁਸ਼ਕਰਮ ਹੋ ਰਹੇ ਆ ਇਹ ਕਿਉਂ ਹੋ ਰਹੇ ਆ ਤਾਂ ਇਹ ਇਸ ਪਾਸੇ ਵੱਲ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਜ਼ਰੂਰਤ ਹੈ। ਜਿਹੜਾ ਭੈਣ ਜੀ ਤੁਸੀਂ ਇੱਕ ਅਧਿਆਪਕ ਹੋਣ ਨਾਤੇ ਮਹਿਸੂਸ ਕਰਦੇ ਹੋ ਤੁਸੀਂ ਬੱਚਿਆਂ ਦਾ ਦਰਦ ਜਾਂ ਬੱਚਿਆਂ ਜਾਂ ਬੱਚੀਆਂ ਦਾ ਤੁਸੀਂ ਉਹ ਦਰਦ ਕਿਵੇਂ ਮਹਿਸੂਸ ਕਰਦੇ ਹੋ ਜਾਂ ਕੋਈ ਇਹੋ ਜਿਹਾ ਤਜਰਬਾ ਜਾਂਦੇ ਜਾਂਦੇ ਆਪਾਂ ਸਾਂਝਾ ਕਰ ਲਈਏ। ਦੇਖੋ ਜੀ ਮੈਂ ਕਾਲਜ ਵਿੱਚ ਵੀ ਪੜ੍ਹਾਇਆ, ਡਿਗਰੀ ਕਾਲਜ ਵਿੱਚ ਵੀ ਪੜ੍ਹਾਇਆ, ਮੈਂ ਬੀਐਡ ਕਾਲਜ ਵਿੱਚ ਵੀ ਪੜ੍ਹਾਇਆ ਤੇ ਹੁਣ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ, ਇੱਕ ਪਿੰਡ ਦੇ ਵਿੱਚ ਕੰਮ ਕਰ ਰਹੀ ਹਾਂ। ਜਦੋਂ ਅਸੀਂ ਜ਼ਮੀਨੀ ਹਕੀਕਤ ਤੇ ਜ਼ਮੀਨੀ ਹਕੀਕਤ ਵੱਲ ਜਾਂਦੇ ਹਾਂ, ਇਹਨਾਂ ਬੱਚਿਆਂ ਦਾ ਜਿਹੜਾ ਆਰਥਿਕਤਾ ਦੇ ਪੱਖ ਤੋਂ ਇਹਨਾਂ ਨੂੰ ਵਾਚਦੇ ਹਾਂ ਤਾਂ ਸੱਚਮੁੱਚ ਹੀ ਮੈਨੂੰ ਲੱਗਦਾ ਕਿ ਸਾਨੂੰ ਪਰਮਾਤਮਾ ਨੇ ਬਹੁਤ ਵੱਡੀ ਸੇਵਾ ਦਿੱਤੀ ਹੋਈ ਹੈ। ਬਹੁਤ ਤੰਗੀ ਦੇ ਵਿੱਚ ਸਾਡਾ ਸਮਾਜ ਗੁਜ਼ਰ ਰਿਹਾ ਤਾਂ ਇਹੋ ਜਿਹੇ ਵੀ ਕਈ ਪਰਿਵਾਰ ਪਏ ਆ ਵੀ ਜਿਨ੍ਹਾਂ ਦੇ ਕੋਲ ਦੋ ਟਾਈਮ ਦੀ ਰੋਟੀ ਨਹੀਂ ਪੱਕਦੀ ਗੀ। ਅਸੀਂ ਹੁਣ ਕਈ ਵਾਰੀ ਬੱਚਿਆਂ ਨੂੰ ਕਹਿ ਦਿੰਦੇ ਹਾਂ ਜੀ ਬੇਟਾ ਤੂੰ ਨਹਾ ਕੇ ਨਹੀਂ ਆਇਆ, ਤਾਂ ਪਤਾ ਲੱਗਦਾ ਹਕੀਕਤ ਜਾਣਨ ਤੋਂ ਬਾਅਦ ਕਿ ਉਹਨਾਂ ਬੱਚਿਆਂ ਦੇ ਘਰਾਂ ਦੇ ਵਿੱਚ ਬਾਲਣ ਹੀ ਹੈ ਨਹੀਂ ਗਾ, ਉਹ ਨਹਾ ਕੇ ਬੱਚਾ ਕਿੱਥੋਂ ਆਊਗਾ, ਉਹਨਾਂ ਦੇ ਘਰਾਂ ਵਿੱਚ ਖਾਣਾ ਕਿੱਥੋਂ ਪੱਕੂਗਾ ਜਦੋਂ ਬਾਲਣ ਨਹੀਂ ਹੈਗਾ। ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਦੁੱਖਦਾਈ ਘਟਨਾਵਾਂ ਦੇ ਨਾਲ ਸਾਡਾ ਵਾਸਤਾ ਪੈਂਦਾ ਕਿ ਸੱਚਮੁੱਚ ਦਿਲ ਪਸੀਜ ਜਾਂਦਾ ਹੈ। ਅਤੇ ਇਹਨਾਂ ਥਾਵਾਂ 'ਤੇ ਜਿਹੜੇ ਵੀ ਕੋਈ ਆਰਥਿਕ ਤੌਰ 'ਤੇ ਸੰਪੰਨ ਹੈ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਬੇਨਤੀ ਵੀ ਕਰਾਂਗੀ ਕਿ ਇਹੋ ਜਿਹੇ ਪਰਿਵਾਰਾਂ ਨੂੰ ਪਛਾਣੋ, ਜੇ ਉਹਨਾਂ ਨੂੰ ਕਿਸੇ ਢੰਗ ਦੇ ਨਾਲ ਪੈਸੇ ਦੀ ਜ਼ਰੂਰਤ ਹੈ ਭਾਵ ਕਿ ਉਹ ਵਿੱਦਿਆ ਨਹੀਂ ਪ੍ਰਾਪਤ ਕਰ ਸਕਦੇਗੇ ਜਾਂ ਉਹਨਾਂ ਕੋਲ ਘਰ ਬਾਰ ਹੈ ਨਹੀਂ ਗਾ ਜਾਂ ਕਿਸੇ ਬਿਮਾਰੀ ਨਾਲ ਪੀੜਤ ਹੈ ਤਾਂ ਉਹਨਾਂ ਦੀ ਸੱਚਮੁੱਚ ਮਦਦ ਕਰਨੀ ਬਣਦੀ ਹੈ ਜੀ। ਭੈਣ ਪਰਮਜੀਤ ਕੌਰ ਸਾਹਿਤਕ ਹਲਕਿਆਂ 'ਚ, ਵਿੱਦਿਅਕ ਖੇਤਰ 'ਚ, ਵਾਤਾਵਰਣ ਦੇ ਖੇਤਰ 'ਚ, ਖੇਡਾਂ ਦੇ ਖੇਤਰ, ਸੱਭਿਆਚਾਰ ਦੇ ਖੇਤਰ 'ਚ ਜਿੰਨੀਆਂ ਵੀ ਸ਼ਖਸੀਅਤਾਂ ਵਿਚਰਦੀਆਂ ਨੇ ਇਹ ਸਾਰਿਆਂ ਦੀ ਭੈਣ ਹੈ। ਭੈਣ ਬਣ ਕੇ ਇਹ ਵੀ ਖੁਸ਼ੀ ਮਹਿਸੂਸ ਕਰਦੇ ਨੇ, ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ। ਇਹਨਾਂ ਸਾਡੀ ਭੈਣ ਕੋਲ ਸ਼ਬਦਾਂ ਦਾ ਭੰਡਾਰ ਹੈ, ਆਪਾਂ ਚਾਹੀਏ ਤਾਂ ਇਹਨਾਂ ਨਾਲ 5-6-7-8-8 ਘੰਟੇ ਵੀ ਲਗਾਤਾਰ ਗੱਲ ਕਰ ਸਕਦੇ ਹਾਂ। ਇਹਨਾਂ ਕੋਲ ਸ਼ਬਦਾਵਲੀ ਨਹੀਂ, ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ, ਇਹਨਾਂ ਕੋਲ ਸ਼ਬਦਾਵਲੀ ਨਹੀਂ ਮੁੱਕਣੀ। ਭੈਣ ਜੀ ਅੱਜ ਇੰਨਾ ਹੀ, ਫਿਰ ਕਦੇ ਕਿਸੇ ਦਿਨ ਤੁਹਾਨੂੰ ਫਿਰ ਅਸੀਂ ਸੱਦਾਂਗੇ ਤੁਹਾਡਾ ਸਟੂਡੀਓ ਪਹੁੰਚਣ 'ਤੇ। ਧੰਨਵਾਦ ਜੀ ਆਇਆਂ। ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਨਾਲ ਜੁੜੇ ਰਹੇ। ਭੈਣ ਪਰਮਜੀਤ ਕੌਰ ਦੇ ਇਹ ਵਿਚਾਰ ਤੁਹਾਨੂੰ ਕਿਹੋ ਜਿਹੇ ਲੱਗੇ, ਤੁਸੀਂ ਆਪਣਾ ਪ੍ਰਤੀਕਰਮ ਜ਼ਰੂਰ ਦਿੰਦੇ ਰਹਿਣਾ ਅਤੇ ਚੈਨਲ ਨਾਲ ਜੁੜੇ ਰਹਿਣਾ। ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ। ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ, ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।